ਪਿੰਡ ਬਵੇਲੀ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਸਾਲਾਨਾ ਕਬੱਡੀ ਟੂਰਨਾਮੈਂਟ ਆਪਣੀਆਂ ਨਿੱਘੀਆਂ ਯਾਦਾਂ ਦੀ ਛਾਪ ਛੱਡਦਾ ਸਮਾਪਤ ਹੋਇਆ। ਇਸ ਮੌਕੇ ਨੌਰਥ ਫੈਡਰੇਸ਼ਨ ਦੀਆਂ 8 ਨਾਮਵਰ ਟੀਮਾਂ ਨੇ ਭਾਗ ਲਿਆ ਅਤੇ ਫਾਈਨਲ ਮੈਚ ਸ਼ਹੀਦ ਭਗਤ ਸਿੰਘ ਕਲੱਬ ਹਾਲਾ ਰਣੂਆ ਨੂੰ ਅਤੇ ਬਾਬਾ ਕਾਨਦਾਸ ਲਾਇੰਸ ਸ਼ਾਹਕੋਟ ਵਿਚਕਾਰ ਹੋਇਆ, ਜਿਸ ਵਿੱਚ ਸਰਹਾਲਾ ਰਣੂਆ ਦੀ ਟੀਮ ਜੇਤੂ ਰਹੀ। ਇਸ ਮੌਕੇ ਇੰਦਰਜੀਤ ਸਿੰਘ ਦੁੱਗਾ, ਸੁੱਖਾ ਰੰਧਾਵਾ, ਪਾਲਾ ਬੜਾ ਪਿੰਡ ਤੋਂ ਇਲਾਵਾ NRI ਵੀਰ ਅਤੇ ਪਿੰਡ ਵਾਸੀ ਹਾਜ਼ਰ ਸਨ। ਅਤੇ ਜਿੰਨੇ ਵੀ ਸਾਡੇ ਅੱਜ ਇਹ ਟੂਰਨਾਮੈਂਟ 'ਤੇ 8 ਟੀਮਾਂ ਨੇ ਭਾਗ ਲਿਆ, ਇਹ ਨੌਰਥ ਇੰਡੀਆ ਫੈਡਰੇਸ਼ਨ ਦੀਆਂ ਟੀਮਾਂ ਸੀਗੀਆਂ, ਜਿਸ ਦੇ ਵਿੱਚ ਪਾਲੇ ਹੁਣੇ ਬਹੁਤ ਸਾਰੇ ਨਾਮਵਰ ਪਾਲੇ ਬਲਕੀ ਖੁਸ਼ੀ ਐਂਡ ਈਵਨ ਹੁਣੇ ਸਾਰੇ ਆਏ ਸੀ। ਬਹੁਤ ਤਕੜੇ ਮੈਚ ਹੋਏ ਆ, ਬਹੁਤ ਫਸਵੇਂ ਮੈਚ ਹੋਏ, ਇੱਕ ਇੱਕ ਨੰਬਰ ਦੇ ਹਿਸਾਬ ਦੇ ਨਾਲ ਪਹਿਲੇ ਮੈਚ ਤੋਂ ਹੀ ਚੱਲਣੇ ਸ਼ੁਰੂ ਹੋਏ, ਉਦੋਂ ਵੀ ਇੱਕ ਇੱਕ ਡੇਢ ਡੇਢ ਨੰਬਰ ਦੇ ਹਿਸਾਬ ਨਾਲ ਮੈਚ ਜਿੱਤ ਹਾਰ ਹੁੰਦੀ ਰਹੀ ਆ। ਹੁਣ ਜਿਹੜਾ ਫਾਈਨਲ ਮੈਚ ਹੋਇਆ ਬਹੁਤ ਫਸਵਾਂ ਮੈਚ ਹੋਇਆ, ਬਹੁਤ ਜਿੰਨੀ ਪਬਲਿਕ ਇੱਥੇ ਆਈ ਸੀ ਅਸੀਂ ਇੰਨਾ ਆਸ ਨਹੀਂ ਸੀ ਕਰਦੇ ਵੀ ਇੰਨੀ ਪਬਲਿਕ ਸਾਡੀ ਆਪ ਤੋਂ ਬਹੁਤ ਜ਼ਿਆਦਾ ਇਹ ਸਤਵੇਂ ਪਾਤਸ਼ਾਹ ਦੀ ਜਿਹੜਾ ਸਤਵਾਂ ਕੋ ਇਹ ਜਿਹੜਾ ਕੱਪ ਸੀਗਾ ਬਹੁਤ ਹੀ ਕਾਮਯਾਬ ਹੋ ਉਤਰਿਆ। ਅਸੀਂ ਜਿੰਨੇ ਵੀ ਇਹਨੂੰ ਦੇਖਣ ਆਏ ਹਾਂ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੂੰ। ਅਸੀਂ ਉਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਜਿਹੜੇ ਸਾਡੇ ਇਸ ਕੱਪ ਦੇ ਉੱਤੇ ਉਹਨਾਂ ਨੇ ਸਾਡੀ ਇਸ ਕੱਪ ਦੀ ਬਹੁਤ ਵਧਾਈ ਆ, ਅਤੇ ਨਾਲ ਦੀ ਨਾਲ ਸਾਡੇ ਸਾਰੇ ਸਪੋਂਸਰ ਵੀਰ ਜਿਹੜੇ ਸਾਡੇ ਕਨੇਡਾ ਤੋਂ ਸਾਡੇ ਵੀਰ ਆਏ ਆ ਉਹਨਾਂ ਦਾ ਥੈਂਕ ਯੂ ਬਹੁਤ ਬਹੁਤ ਕਹਿੰਦੀ ਗਰੇਵਾਲ, ਜਸ ਸੋਹਲ, ਸੁੱਖਾ ਏਸੀ ਐਂਡ ਮੇਰੇ ਬ੍ਰਦਰ ਕਾਲਾ ਅਤੇ ਵੀਰ ਪਾਲ ਅਤੇ ਭਾਜੀ ਅਵਤਾਰ ਭਾਜੀ ਹੋਣੀ ਅਤੇ ਕੁਲਦੀਪ ਭਾਜੀ ਹੋਣੀ ਜਿਹਨਾਂ ਨੇ ਇਸ ਮਾਲਾ ਨੂੰ ਬੁਣੇ ਚੁਣਿਆ, ਇੰਨੇ ਦਿਨ ਲੱਗ ਕੇ ਭਾਜੀ ਉਹਨਾਂ ਨੇ ਸਾਰਿਆਂ ਨੇ ਇਹਨਾਂ ਨੇ ਬੁਣਿਆ ਅਤੇ ਅੱਜ ਅਸੀਂ ਉਸ ਦੀ ਕਾਮਯਾਬੀ 'ਤੇ ਪਹੁੰਚੇ ਹਾਂ। ਅਤੇ ਨਾਲ ਦੀ ਨਾਲ ਅਸੀਂ ਫੈਡਰੇਸ਼ਨ ਦਾ ਵੀ ਥੈਂਕ ਯੂ ਕਰਦੇ ਹਾਂ ਜਿਹਨਾਂ ਨੇ ਸਾਰੇ ਸਟਾਰ ਪਲੇਅਰ ਲਿਆ ਕੇ ਇਸ ਸਾਡੀ ਗਰਾਊਂਡ ਦੇ ਵਿੱਚ ਉਤਾਰੇ। ਅਤੇ ਅਗਲੇ ਸਾਲ ਫਰਵਰੀ ਦੇ ਮਹੀਨੇ ਦੇ ਵਿੱਚ 6 ਤਰੀਕ ਨੂੰ ਅਸੀਂ ਇਹ ਜਿਹੜਾ ਚੈਂਪੀਅਨ ਦੁਆਰਾ ਫੇਰ ਕਰਾਵਾਂਗੇ, ਇਹ ਕੱਪ ਫੇਰ ਕਰਾਵਾਂਗੇ। ਅਸੀਂ ਸਾਡੇ ਜਿੰਨੇ ਵੀ ਭਰਾ ਸਾਡੇ ਐਮੀ ਵਿਲਟ ਹੋਣੀ, ਕੀਰਤ ਔਲਕ ਹੋਣੀ, ਫਿਰੋਜ਼ ਖਾਨ ਹੋਣੀ, ਅਮ੍ਰਿਤ ਮਾਨ ਹੋਣੀ ਆਏ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਨਾਲ ਦੇ ਨਾਲ ਅਸੀਂ ਸੌਰੀ ਮੰਗਦੇ ਹਾਂ ਗੈਰੀ ਸੰਧੂ ਜਿਨ੍ਹਾਂ ਨੂੰ ਉਹਨਾਂ ਨੂੰ ਰਸਤੇ ਦੇ ਵਿੱਚੋਂ ਗੱਡੀ ਨਾ ਲੰਘਣ ਕਰਕੇ ਬੁੜਨਾ ਪਿਆ, ਸਭ ਤੋਂ ਫੋਨ ਹੀ ਚੱਕ ਹੋਏ, ਮੈਚ ਇੰਨਾ ਸੀਗਾ ਵੀ ਫੋਨ ਤੱਕ ਪਾਸੇ ਇਹ ਨਹੀਂ ਸੀ ਪਤਾ ਲੱਗਦਾ ਨਾਲ ਦਾ ਬੰਦਾ ਕੌਣ ਖੜਾ ਹੈ, ਇੰਨਾ ਨਾਲ ਦੇ ਨੂੰ ਮੁੰਡੇ ਮਾਰੀ ਜਾਂਦੇ ਸੀ। ਸੋ ਅਸੀਂ ਅਗਲੇ ਸਾਲ ਅਸੀਂ ਟਰਾਈ ਕਰਦੇ ਹਾਂ ਵੀ ਗਰਾਊਂਡ ਵੀ ਵੱਡੀ ਰੱਖੀਏ ਅਤੇ ਪਾਰਕਿੰਗ ਦਾ ਵੀ ਵਧੀਆ ਪ੍ਰਬੰਧ ਕੀਤਾ ਜਾਵੇ। ਵੰਸ ਅਗੇਨ ਤੁਹਾਡੇ ਚੈਨਲ 'ਤੇ ਜਿੰਨੇ ਵੀ ਇਹ ਟੀਮ ਸਾਡੀ ਦੇਖ ਰਹੇ ਆ ਉਹਨਾਂ ਦਾ ਥੈਂਕ ਯੂ, ਐਂਡ ਤੁਹਾਡਾ ਵੀ ਥੈਂਕ ਯੂ, ਤੁਸੀਂ ਆ ਕੇ ਕਵਰੇਜ ਕੀਤਾ ਆ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ, ਦੇਖ ਰਹੇ ਨੇ ਆਪਣੇ ਕਬੱਡੀ ਲਾਈਵ ਦੇਖ ਰਹੇ ਹਨ, ਅਤੇ ਆਪਣੇ ਜੋ ਅੱਜ ਮੁਬੇਲੀ ਵਿੱਚ ਕੱਪ ਹੋਇਆ ਬਹੁਤ ਤੁਸੀਂ ਦੇਖਿਆ, ਫਸਵੇਂ ਮੈਚ ਹੋਏ ਆ ਜਿੱਦਾਂ NDT ਤੋਂ ਕਿਸੇ ਨੇ ਭਾਈ ਉਹਨਾਂ ਨੇ ਸਾਰੇ ਜਿੱਦਾਂ ਕੁਇਕ ਟਾਇਰ ਤੋਂ ਆਪਣਾ ਸੁੱਖਾ ਢੇਸੀ ਕਿੰਗਟੋਈ ਤੋਂ ਜਦੋਂ 5 ਲੱਖ ਦੇ ਰੇਡਾਂ 'ਚ ਪਈਆਂ, ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ। ਇਸ ਤਰ੍ਹਾਂ ਹੀ ਆਪਣਾ 1 ਫਰਵਰੀ ਨੂੰ ਚੋਹਲਾ ਸਾਹਿਬ ਜਾਂ ਸੁਖਮਨ ਦੀ ਯਾਦ ਵਿੱਚ ਆਪਾਂ ਕਬੱਡੀ ਕੱਪ ਕਰਾ ਰਹੇ ਹਾਂ, ਸਾਰੇ ਦਰਸ਼ਕ ਇੱਦਾਂ ਹੀ ਮੰਗੋ ਆ ਕੇ ਪਹੁੰਚੋ ਉੱਥੇ। ਅਰਸ਼ ਨੂੰ ਆਪਣੇ 18 ਲੱਖ ਦੀ ਗੱਡੀ ਨਾਲ ਸਨਮਾਨ ਕੀਤਾ ਜਾਊਗਾ ਅਤੇ ਪ੍ਰਦਰਸ਼ਨ ਵੀ ਵਧੀਆ।